ਮੇਰੇ ਫੇਸਬੁਕ ਪੇਜ ਰਾਹੀਂ ਜਿੰਨੇ ਵੀ ਸਾਥੀ ਅੱਜ ਮੈਨੂੰ ਸੁਣ ਰਹੇ ਐ ਸਾਰਿਆਂ ਨੂੰ ਮੇਰੇ ਵੱਲੋਂ RAM RAM ਸਤਿ ਸ੍ਰੀ ਅਕਾਲ ਅੱਜ ਬਹੁਤ ਅਹਿਮ ਮੁੱਦੇ ਨੂੰ ਲੈ ਕੇ ਮੈਂ ਤੁਹਾਡੇ ਸਾਹਮਣੇ ਰੂਬਰੂ ਹਾਂ ਆਮ ਲੋਕਾਂ ਦੇ ਮੁੱਦੇ ਨੂੰ ਲੈ ਕੇ ਮੈਂ ਪਿਛਲੇ ਕਈ ਦਿਨਾਂ ਤੋਂ ਜਦੋਂ ਮੈਂ ਪਿੰਡਾਂ ਵਿੱਚ ਜਾਂਦਾ ਬਹੁਤ ਵੱਡੀ ਮਾਤਰਾ ਵਿੱਚ ਮੇਰੇ ਕੋਲ ਲੋਕ ਇਹੋ ਜਿਹੇ ਆਉਂਦੇ ਐ ਜਿਹੜੇ ਆਪਦੀ ਪਰੇਸ਼ਾਨੀ ਦੱਸਦੇ ਐ ਵੀ ਸਾਡਾ ਰਾਸ਼ਨ ਕਾਰਡ ਨਹੀਂ ਬਣ ਰਿਹਾ ਮੈਂ ਆਦੇ ਪਾਸ਼ਨਾ ਚ ਵੀ ਇਸ ਗੱਲ ਦਾ ਜ਼ਿਕਰ ਕੀਤਾ ਹੈ ਲੋਕਾਂ ਨੇ ਕਾਂਗਰਸ ਪਾਰਟੀ ਦੀ ਸਰਕਾਰ ਬਣਾਈ ਸੀ ਵੀ ਉਹਨਾਂ ਦੀ ਤਾਕਤ ਵਧੂਗੀ ਲੋਕਾਂ ਦੀ ਪਰ ਇਹ ਸਰਕਾਰ ਨੇ ਤਾਂ ਆ ਕੇ ਸਾਰੀਆਂ ਹੱਦਾਂ ਹੀ ਪਾਰ ਕਰਤੀਆਂ ਰਾਸ਼ਨ ਕਾਰਡ ਜਿਹੜਾ ਪਹਿਲਾਂ ਬਹੁਤ ਸੌਖੇ ਤਰੀਕੇ ਨਾਲ ਬਣ ਜਾਂਦਾ ਸੀ ਬਹੁਤੀ ਪੋਲੀਟੀਕਲ ਇੰਟਰਵੈਂਸ਼ਨ ਨਹੀਂ ਚਾਹੀਦੀ ਸੀ ਪਰ ਹੁਣ ਸਿਸਟਮ ਇਹੋ ਜਿਹਾ ਬਣਾਤਾ ਵੀ ਕੋਈ ਵੀ ਰਾਸ਼ਨ ਕਾਰਡ ਹੈ ਉਹ ਸਰਕਾਰ ਦੇ ਪੋਲੀਟੀਕਲ ਬੰਦਿਆਂ ਦੇ ਬਿਨਾ ਬਾਣੀ ਨਹੀਂ ਸਕਦਾ ਅਕਸਰ ਮੈਨੂੰ ਸੁਣਨ ਨੂੰ ਮਿਲਦਾ ਜੀ ਵੀ ਉਹ ਰਾਸ਼ਨ ਕਾਰਡ ਬਣਾਉਣ ਵਾਸਤੇ ਜਿਹੜਾ 바ਰ ਕੋਡ ਚਾਹੀਦਾ ਉਹ ਜੀ ਕਾਂਗਰਸੀ ਬੰਦਿਆਂ ਕੋਲੇ ਹੈ ਸਾਨੂੰ ਉਹ ਦਿੰਦੇ ਨਹੀਂ ਕੱਲਾ ਰਾਸ਼ਨ ਜੇ ਹੁੰਦਾ ਮਸਲਾ ਤਾਂ ਮੈਂ ਸ਼ਾਇਦ ਲਾਈਵ ਨਾ ਹੁੰਦਾ ਅੱਜ ਪਰ ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਇਹ ਰਾਸ਼ਨ ਕਾਰਡ ਜਿਹਦੇ ਕੋਲ ਨਹੀਂ ਹੈਗਾ ਕਈ ਲੋਕ ਇਹੋ ਜਿਹੇ ਵੀ ਹੈ ਜਿਹੜੇ ਜੋ ਸੈਂਟਰ ਦੀ ਬੀਮਾ ਯੋਜਨਾ ਸਕੀਮ ਹੈ ਉਹਦੇ ਤੋਂ ਵਾਂਝੇ ਰਹਿ ਜਾਂਦੇ ਆ ਕੱਲ ਇੱਕ ਸਾਥੀ ਮੇਰੇ ਕੋਲ ਆਇਆ ਕਹਿੰਦਾ ਜੀ ਮੇਰੇ ਬੱਚੇ ਨੂੰ ਬਹੁਤ ਗੰਭੀਰ ਬਿਮਾਰੀ ਹੈ ਉਹਦੇ ਇਲਾਜ ਤੇ ਬਹੁਤ ਖਰਚਾ ਹੁੰਦਾ ਤੇ ਮੇਰਾ ਬੀਮੇ ਵਾਲਾ ਕਾਰਡ ਨਹੀਂ ਬਣਦਾ ਮੈਂ ਕਿਹਾ ਮੈਂ ਉਹਨੂੰ ਪੁੱਛਿਆ ਵੀ ਕੀ ਕਾਰਨ ਹੈ ਕਹਿੰਦਾ ਜੀ ਮੇਰੇ ਕੋਲ ਰਾਸ਼ਨ ਕਾਰਡ ਹੈ ਨਹੀਂ ਤੇ ਰਾਸ਼ਨ ਕਾਰਡ ਮੇਰਾ ਕਾਂਗਰਸੀ ਬਣਾ ਕੇ ਨਹੀਂ ਦਿੰਦੇ ਜਦੋਂ ਪਿਛਲਾ ਇਲੈਕਸ਼ਨ ਸੀ ਮੈਨੂੰ ਸਾਡੇ ਸ਼ਹਿਰ ਦੇ ਚੰਗੇ ਕਫਸਰ ਨੇ ਆਖਿਆ ਬੜੀ ਖੁਸ਼ੀ ਉਹਨੇ ਜ਼ਾਹਰ ਕੀਤੀ ਕਹਿੰਦਾ ਜੀ ਅਸੀਂ ਬੜੀ ਆਸਮੰਦ ਆ ਇਸ ਇਲੈਕਸ਼ਨ ਤੋਂ ਵੀ ਤੁਸੀਂ ਵੀ ਯੰਗ ਕੈਂਡੀਡੇਟ ਹੋ ਕਾਂਗਰਸ ਵਾਲੇ ਦਿਵਿੰਦਰ ਕਬਾਇਆ ਜੀ ਵੀ ਯੰਗ ਕੈਂਡੀਡੇਟ ਹੈ ਤੇ ਸਾਰੇ ਨਿਊ ਕਮਰ ਉਹ ਸਾਨੂੰ ਬੜੀ ਆਸ ਹੈ ਵੀ ਸਾਨੂੰ ਚੰਗੇ ਲੀਡਰਾਂ ਨਾਲ ਕੰਮ ਕਰਨ ਦਾ ਮੌਕਾ ਮਿਲੂਗਾ ਸੋ ਅੱਜ ਮੈਨੂੰ ਬੜਾ ਦੁੱਖ ਹੋ ਰਿਹਾ ਹੈ ਵੀ ਜਿਹੜੇ ਯੰਗ ਲੋਕਾਂ ਦੀ ਆਪਾਂ ਗੱਲ ਕਰਦੇ ਆਂ ਵੀ ਯੰਗਸਟਰਸ ਪੋਲਿਟਿਕਸ ਵਿੱਚ ਆ ਕੇ ਤੇ ਪੋਲਿਟਿਕਸ ਨੂੰ ਬਦਲਣ ਬਦਲਣ ਕੇ ਆ ਕੇ ਸੋ ਦਿਵਿੰਦਰ ਖਬਾਇਆ ਜੀ ਨੇ ਤਾਂ ਜੋ ਟ੍ਰੈਡੀਸ਼ਨਲ ਰਾਜਨੀਤੀ ਸੀ ਉਹ ਤੋਂ ਵੀ ਗੰਦੀ ਰਾਜਨੀਤੀ ਸ਼ੁਰੂ ਕਰਤੀ ਜੇ ਆਪਾਂ ਰਾਸ਼ਨ ਕਾਰਡ ਬਣਾਉਣ ਦੀ ਭੇਦਭਾਵ ਕਰਾਂਗੇ ਤਾਂ ਹੋਰ ਜੋ ਸਰਕਾਰ ਦੀਆਂ ਵੱਡੀਆਂ ਸਕੀਮਾਂ ਜਾਂ ਹੋਰ ਜੋ ਲੋਕਾਂ ਦੇ ਨੂੰ ਫਾਇਦੇ ਵਾਲੀਆਂ ਸਕੀਮਾਂ ਉਹਦੇ ਚ ਆਪਾਂ ਕਿਵੇਂ ਬਿਨਾ ਭੇਦਭਾਵ ਤੋਂ ਕੰਮ ਕਰ ਸਕਦੇ ਹਾਂ ਸੋ ਮੇਰੀ ਅੱਜ ਤੁਹਾਨੂੰ ਲੋਕਾਂ ਨੂੰ ਇਹੀ ਬੇਨਤੀ ਹੈ ਬਿਚਾਏ ਤੁਸੀਂ ਕਿਸੇ ਪਾਰਟੀ ਨਾਲ ਹੀ ਜੁੜੇ ਹੋ ਪਰ ਇੱਕ ਮੌਕਾ ਨਵੀਂ ਰਾਜਨੀਤੀ ਨੂੰ ਦਿਓ ਤਾਂ ਜੋ ਛੋਟੀਆਂ-ਛੋਟੀਆਂ ਗੱਲਾਂ ਜੋ ਰਾਸ਼ਨ ਕਾਰਡ ਪੈਨਸ਼ਨਾਂ ਕੋਠਿਆਂ ਦੇ ਪੈਸੇ ਇਹਨਾਂ ਚੋਂ ਆਪਾਂ ਰਾਜਨੀਤੀ ਨੂੰ ਪਾਸੇ ਕਰ ਸਕੀਏ ਤੁਹਾਡੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ RAM RAM ਸਤਿ ਸ੍ਰੀ ਅਕਾਲ